ਹਾਂ ਜਿਹੜੇ ਬੱਚਿਆਂ ਦਾ ਐਪਲੀਕੇਸ਼ਨ ਫਾਰਮ ਗਵਾ ਚੁੱਕੇ ਆ ਉਹ ਡਾਊਨਲੋਡ ਕਿਵੇਂ ਕਰ ਸਕਦੇ ਆ? ਆਪਾਂ ਵੈਬਸਾਈਟ ਤੇ ਚੱਲਦੇ ਆ, ਐਸਐਸ ਬੋਰਡ ਦੀ ਵੈਬਸਾਈਟ ਤੇ। ਆਨਲਾਈਨ ਐਪਲੀਕੇਸ਼ਨ ਵਾਲੇ ਲਿੰਕ ਤੇ ਜਾਣਾ, ਇੱਥੇ ਕੇ ਸਰਚ ਕਰਨਾ ਆਪਾਂ ਸਟੈਨੋ, ਸਟੈਨੋ ਟਾਈਪਕਿਸਟ ਸਰਚ ਕਰਨ ਤੇ ਐਂਟਰ ਦਬਾਵਾਂਗੇ ਤਾਂ ਜਿਹੜਾ ਆਪਣਾ ਪੁਰਾਣਾ ਨੋਟੀਫਿਕੇਸ਼ਨ ਆ 6/7/2022 ਵਾਲਾ ਤੁਹਾਨੂੰ ਮਿਲ ਜਾਏਗਾ। ਇਸ ਨੋਟੀਫਿਕੇਸ਼ਨ ਤੇ ਤੁਸੀਂ ਜਾਣਾ ਤੇ ਕਲਿੱਕ ਕਰੋਗੇ ਤੇ ਅੱਗੇ ਤੁਹਾਡੇ ਇਹ ਆਪਸ਼ਨ ਆ ਜਾਏਗੀ। ਇਹਦੇ ਵਿੱਚ ਆਪਾਂ ਸਟੈਂਡਰਡ 'ਚ ਕਲਿੱਕ ਕਰਾਂਗੇ, ਇੱਥੇ ਲਿਖਿਆ ਪ੍ਰਿੰਟ ਐਪਲੀਕੇਸ਼ਨ, ਕਲਿੱਕ ਕਰਾਂਗੇ। ਓਕੇ, ਇੱਥੇ ਆਪਣਾ ਐਪਲੀਕੇਸ਼ਨ ਫਾਰਮ ਨੰਬਰ ਭਰਾਂਗੇ, ਡੇਟ ਆਫ ਬਰਥ ਭਰਾਂਗੇ ਤੇ ਤੁਹਾਡਾ ਐਪਲੀਕੇਸ਼ਨ ਫਾਰਮ ਡਾਊਨਲੋਡ ਹੋ ਜਾਵੇਗਾ। ਜਿਹੜੇ ਬੱਚਿਆਂ ਦਾ ਡਾਊਨਲੋਡ ਨਹੀਂ ਹੋ ਰਿਹਾ ਜਾਂ ਉਹਨਾਂ ਭੁੱਲ ਗਏ ਜਾਂ ਗਵਾਚ ਗਏ ਆ, ਉਹ ਦੁਬਾਰਾ ਡਾਊਨਲੋਡ ਕਰ ਸਕਦੇ ਆ। ਟੈਨਸ਼ਨ ਲੈਣ ਦੀ ਲੋੜ ਨਹੀਂ, ਦੁਬਾਰਾ ਪ੍ਰਿੰਟ ਆਊਟ ਕੱਢ ਕੇ ਆਪਦੀ ਫਾਈਲ ਦੇ ਵਿੱਚ ਤੁਸੀਂ ਲਗਾਉਣਾ ਆ, ਜਿਹਨਾਂ ਕੋਲ ਐਪਲੀਕੇਸ਼ਨ ਫਾਰਮ ਨੰਬਰ ਨਹੀਂ ਹੈਗਾ। ਠੀਕ ਹੈ, ਥੈਂਕ ਯੂ।